ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ ਫਰੀਦਕੋਟ ਅਤੇ ਕਸਬਾ ਕੋਟਕਪੂਰਾ ਵਿੱਚ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਦੋ ਔਰਤਾਂ ਦੀ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਇੱਕ ਘਟਨਾ ਸਥਾਨ 'ਤੇ ਮੌਜੂਦ ਕੁਝ ਲੋਕਾਂ ਵੱਲੋਂ ਕੁੱਟਮਾਰ ਦੀ ਵੀਡੀਓ ਬਣਾ ਲਈ ਗਈ ਜੋ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਦੋਵੇਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਜੋ ਇਸ ਸਮੇਂ ਫਰਾਰ ਦੱਸੇ ਜਾ ਰਹੇ ਨੇ ਪਹਿਲੋਂ ਤਾਂ ਇਹਨਾਂ ਦਾ ਇੱਕ ਭਰਾ ਜਿਹੜਾ ਮੈਂ ਸਟਾਰਟਿੰਗ ਤੋਂ ਜਾ ਕੇ ਖੜੀ ਸੀ ਗੋਰਾ ਉਹਨੇ ਮੈਨੂੰ ਗਾਲਾਂ ਗੁਲਾਂ ਬਹੁਤ ਕੱਢੀਆਂ ਮੈਂ ਵੀ ਅੱਗੋਂ ਬੋਲਦੀ ਰਹੀ ਉਸ ਤੋਂ ਬਾਅਦ ਇਹ ਸੁਖਦੇਵ ਪਤਾ ਨਹੀਂ ਮੈਨੂੰ ਕਿੱਥੋਂ ਆਇਆ ਇਹ ਮੋਟਰਸਾਈਕਲ ਤੋਂ ਆ ਕੇ ਉੱਤਰ ਕੇ ਅਤੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਤੇਰੀ ਮੌਤ ਨੇੜੇ ਆ ਗਈ ਤੈਨੂੰ ਅਸੀਂ ਖਤਮ ਕਰ ਦੇਣਾ ਆਹ ਕਰ ਦੇਣਾ ਉਹ ਕਰ ਦੇਣਾ ਇਹ ਮੈਨੂੰ ਉਸ ਤੋਂ ਬਾਅਦ ਜੱਸੀ ਆਇਆ ਜੱਸੀ ਮੈਨੂੰ ਮਾਰ ਕਟਾਈ ਕਰਨ ਲੱਗੇ ਜੱਸੀ ਨੇ ਪਿੱਛੋਂ ਵਾਲਾਂ ਤੋਂ ਫੜ ਕੇ ਮੈਨੂੰ ਥੱਲੇ ਡੇਗ ਲਿਆ ਫਿਰ ਉੱਤੋਂ ਇਹ ਸੁਖਦੇਵ ਅਤੇ ਦੋਨੋਂ ਮੈਨੂੰ ਸਾਨੂੰ ਕੁੱਟਣ ਲੱਗੇ ਮੈਨੂੰ ਪਿੱਛੇ ਵੀ ਨਹੀਂ ਪਤਾ ਵੀ ਇਹ ਕੁੜੀ ਨੂੰ ਵਿਚਾਰੀ ਨੂੰ ਫੜ ਲਿਆ ਇਹ ਤਾਂ ਵਿਚਾਰੀ ਮੈਨੂੰ ਛੁਡਾ ਨਹੀਂ ਗਈ ਸੀ ਕੋਲ ਖੜੀ ਸੀ ਛੁਡਾ ਰਹੀ ਸੀ ਇਹਨੂੰ ਵੀ ਮਾਰ ਕਟਾਈ ਨਾਲ ਹੀ ਉਹਨਾਂ ਨੇ ਕੀਤੀ ਕੀ ਰੌਲਾ ਕੀ ਹੈ ਤੁਹਾਡਾ ਰੌਲਾ ਵੀਰੇ ਨਾ ਵੀ ਮੇਰਾ ਹਸਬੈਂਡ ਵੀ ਬਾਪੂ ਦਾ ਵੀ ਦੂਜੀ ਘਰਵਾਲੀ 'ਚ ਬੇਟਾ ਹੈ ਅਤੇ ਕੋਰਟ ਕੇਸ ਵੀ ਸਾਡਾ ਚੱਲੀ ਜਾਂਦਾ ਅਤੇ ਇਹਨਾਂ ਨੇ ਜਿਹੜਾ ਵੀ ਸਾਡਾ ਕੋਈ ਵੀ ਸਮਾਨ ਸਮੂਨ ਅੱਗੇ ਵੀ ਬਹੁਤ ਕੁਛ ਸਾਡਾ ਘਰੋਂ ਨੇ ਜਦੋਂ ਬਾਪੂ ਦੀ ਡੈਥ ਹੋਈ ਹੈ ਗੋਲਡ ਦਾ ਸਮਾਨ ਲੈ ਗਏ ਸੀ ਹੋਰ ਵੀ ਬਹੁਤ ਕੁਛ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਕਮਰੇ ਦੇ ਉੱਤੇ ਤਾਲੇ ਲਾ ਲਏ ਸੀ ਉਹ ਵੀ ਅਸੀਂ ਖੁਲਵਾਇਆ ਉਸ ਤੋਂ ਬਾਅਦ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਜੇ ਰਸਤੇ 'ਚ ਵੀ ਅਸੀਂ ਜਾਈਏ ਉੱਥੇ ਵੀ ਛੇੜਖਾਨੀ ਮਾਰ ਕਟਾਈ ਕਰਦੇ ਰਹਿੰਦੇ ਆ ਕੇਸ ਮੇਂ ਜੋ ਲੇਡੀਜ਼ ਕੀ ਵੀਡੀਓ ਵਾਇਰਲ ਹੋਈ ਹੈ ਉਸਕੇ ਅਕੋਰਡਿੰਗ ਹਮਨੇ ਇੱਕ ਐਫ ਆਈ ਆਰ ਲੌਜ਼ ਕਰ ਲਈ ਹੈ ਉਸਕੀ ਇਨਵੈਸਟੀਗੇਸ਼ਨ ਹਮਨੇ ਡੀ ਐਸ ਪੀ ਸਬ ਡਿਵੀਜ਼ਨ ਕੋਟਕਪੂਰਾ ਕੋ ਦੇ ਦੀ ਹੈ ਮੈਨੂੰ ਕੁਛ ਪਤਾ ਲੱਗ ਸਕਦਾ ਹੈ ਮਾਮਲਾ ਕਿਆ ਥਾ ਹੈ ਕੁਛ ਫਸਟ ਸਟੇਜ ਮੇਂ ਜੋ ਤੱਥ ਸਾਹਮਣੇ ਉਨਕੇ ਅਕੋਰਡਿੰਗ ਐਫ ਆਈ ਆਰ ਲੌਜ਼ ਕੀ ਹੈ ਉਸਕੇ ਆਗੇ ਜੋ ਵੀ ਇਨਵੋਲਵਮੈਂਟ ਜਿਨ ਜਿਨ ਕੀ ਹੋਗੀ ਉਸਕੇ ਅਗੇਂਸਟ ਕਾਰਵਾਈ ਅਮਲ ਮੇਂ ਲਿਆਈ ਜਾਏਗੀ ਕੋਈ ਇਨਕੀ ਦੁਕਾਨ ਕਾ ਮਾਮਲਾ ਥਾ ਜੀ ਸ਼ੌਪਕੀਪਰ ਕੀ ਜੋ ਸ਼ੌਪਸ ਹੈ ਉਨਕਾ ਮਾਮਲਾ ਹੈ ਇਸਕੇ ਬਾਰੇ ਮੇਂ ਵੈਰੀਫਾਈ ਹੋ ਰਹਾ ਹੈ ਜੋ ਵੀ ਕਾਰਵਾਈ ਆਗੇ ਹੋਗੀ ਵੋ ਪੁਲਿਸ ਕਾਰਵਾਈ ਕਰੇਗੀ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼